ਸਭ ਨੂੰ ਅਸਲਾਮ ਅਲੈਕੁਮ, ਕੀ ਹਾਲ ਹੈ ਸੋਹਣੇ ਹੋ? ਜਿਨ੍ਹਾਂ ਬਜ਼ੁਰਗਾਂ ਨੂੰ ਸਤਾਇਆ ਨਾ ਸੋ ਕਦੇ ਨਹੀਂ ਪਾਇਆ। ਹਮਜ਼ਾ ਸਿੱਧੂ ਮੀਮਿਆਂ ਦੇ ਖੁਆਲਾ ਇੱਕ ਵਾਰੀ ਫੇਰ ਆਇਆ ਅਤੇ ਇੱਕ ਵਾਰੀ ਫੇਰ ਆਇਆ। ਅੱਜ ਜੇ ਨਾ ਮੈਂ ਗਰੀਬ ਖਾਣ ਮੇਰੇ ਕੋਲ ਟੁੱਟੇ ਪੈਸੇ ਨਹੀਂ ਆਏ ਯਾਰ, ਬਾਕੀ ਜੇ ਨਾ ਲਗਾਰ ਕਰੇ ਅਤੇ ਮੈਂ ਚਲੋ ਜਵਾਨਾਂ ਨੂੰ ਮਿਲ ਜਾਈਏ। ਇਹ ਸਦਰ ਦੇ ਭਰਾ ਜੇ ਚਾਰ ਭਰਾ ਨੇ ਤੇ ਪੰਜਵਾਂ ਗਾਇਬ ਏ, ਉਹ ਵੀ ਤੁਹਾਨੂੰ ਨਜ਼ਰ ਆਈਏ, ਤੁਹਾਨੂੰ ਕਿਸੇ ਦਿਨ ਵਹਾਵਾਂਗੇ ਆਪਣੇ ਮਿਲੋ। ਹਾਂ, ਉਹ ਵੀ ਨਜ਼ਰ ਆਈਏਗਾ। ਹੁਣ ਮੈਂ ਨਿਕਲਾਂਗਾ, ਮੈਂ ਇਹਨਾਂ ਨੂੰ ਮਿਲ ਕੇ ਚੱਲੀਏ ਫਿਰ। ਓਕੇ ਸਦਰ ਭਾਈ ਜੀ, ਓਕੇ ਭਾਈ। ਇਹ ਇਕੱਲਾ ਇਕੱਲਾ ਖਾਈ ਜਾਣ ਦੇ ਬਾਬਰਾ, ਮੈਨੂੰ ਸੁਲਾ ਵੀ ਨਹੀਂ ਮਾਰੀ। ਅਬਾਜੀ ਕਿਹਨੇ ਡੋਰੀ ਆ ਗੋ? ਤੁਹਾਨੂੰ ਪਤਾ ਮੈਂ ਸਦਰ ਦੇ ਪਿੰਡ ਆਇਆ ਹਾਂ ਨਰਵਾਲ, ਅਤੇ ਇੱਥੋਂ ਮੈਂ ਜਾਣਾ ਆਪਣੇ ਪਿੰਡ ਵਾਪਸ, ਅਤੇ ਫਿਰ ਖਾਲ ਹੋਣ ਮਾਮਾ ਹੋਣ ਮਿਲ ਲਿਆ, ਅਤੇ ਹੁਣ ਫਿਰ ਜਲਦੀ ਜਲਦੀ ਮੈਂ ਨਿਕਲਾਂ। ਇਹ ਵੇਖੋ ਜੇ ਐਨਕ ਚੋਰ ਮੈਂ ਫੜ ਲਿਆ ਜੀ, ਇੱਥੋਂ ਨਿਕਲਣ ਲੱਗਿਆ ਜੀ। ਐਨਕ ਲਗਾ ਲਗਾ ਹਜੇ ਭਰਾਵਾਂ ਨੂੰ ਵੀ ਕੰਮ ਸਿਖਾਤੇ ਨੀ, ਸ਼ੁਕਰ ਕਰ ਮੋਟਰਸਾਈਕਲ ਨੀ ਤੇਰੀ ਚੋਰੀ ਹੋਈ। ਨਹੀਂ ਨਹੀਂ, ਉਹਨੂੰ ਵੀ ਦੱਸ ਰਿਹਾ ਸੀ ਕਿ ਐਨਕ ਲਗਾ ਲਈ। ਸਾਰਿਆਂ ਨੂੰ ਹੌਲੀ ਹੌਲੀ ਦੱਸਣਾ ਤਾਂ ਹੈ ਹੀ ਨਾ। ਇਹ ਵਿਚਾਰਾ ਵੇਖੋ ਇੰਨਾ ਗਰੀਬ, ਇਹਨੂੰ ਜੇ ਨਾ ਘਰ ਕਪੜੇ ਵੀ ਪਾਉਣ ਨੂੰ ਨਹੀਂ ਲੱਭਦੇ, ਅਤੇ ਗੋਡੇ ਗੀਟੇ ਚਲਾਏ ਨੇ, ਪਾਰਟੀ ਪੈਂਟ ਪਾਈ ਉਹ ਵਿਚਾਰੇ ਨੇ, ਅਤੇ ਮੂੰਹ ਵੇਖੋ ਇਹਦਾ, ਮੂੰਹ ਵੇਖ ਕੇ ਤਰਸ ਆਉਣ ਡਿਆ ਮੈਨੂੰ। ਓਕੇ ਜੀ ਭਾਈ, ਹਸੀ ਮਜ਼ਾਕ ਬੜਾ ਹੋ ਗਿਆ, ਦਿਲ ਚ ਨਹੀਂ ਲੈਣਾ ਮੈਂ ਮਜ਼ਾਕ ਕਰਨ ਡਿਆ ਭਾਈ, ਕੋਈ ਗੱਲ ਬੂੜੀ ਲੱਗੀ ਹੋਏ ਤਾਂ ਮਾਜ਼ਰ ਭਾਈ। ਲੱਗੀ ਹੈ ਯਾਰ, ਲੱਗੀ ਹੈ ਤਾਂ ਲੱਗਦੀ ਰਹੇ, ਫਿਰ ਮਾਫੀ ਮੰਗ ਲਓ ਫਿਰ। ਠੀਕ ਹੈ ਮਾਜ਼ਰ, ਓਕੇ ਭਾਈ, ਮਾਫੀ, ਅੱਲਾ ਹਾਫਿਜ਼। ਚਲੀ ਇੱਥੇ ਚੈੱਕ ਕਰੋ ਜੀ, ਨਹਿਰ ਦਾ ਕਿੰਨਾ ਪਾਣੀ ਆਇਆ, ਖੇਤਾਂ ਵਿੱਚ ਹੀ ਵਰ ਗਿਆ। ਰਸਤੇ 'ਚ ਖਲੋ ਕੇ ਮੈਂ ਮੈਪ ਵੇਖਣਾ ਪਿਆ ਹਾਂ, 61 ਕਿਲੋਮੀਟਰ ਤਕਰੀਬਨ, 1 ਘੰਟਾ ਤੇ 31 ਮਿੰਟਾਂ 'ਤੇ ਪਹੁੰਚਣਾ ਮੈਂ, ਪਰ ਰੋਡ ਦੀ ਸੂਰਤ ਹਾਲ ਦੇ ਮੁਤਾਬਕ 2-2.5 ਘੰਟੇ ਲੱਗ ਜਾਣੇ ਨੇ। ਜਿਹੋ ਜਿਹੇ ਰੋਡ ਆਉਣੇ ਨਾ ਰਸਤੇ 'ਚ, ਕੋਈ ਨਵੇਂ ਤੇ ਕੋਈ ਪੁਰਾਣੇ, ਪਤਾ ਨਹੀਂ 1947 ਵਾਲੇ, ਉਹ ਜੇ ਰੋਡਾਂ 'ਚ ਫਿਰ 2-3 ਘੰਟੇ ਲੱਗਣੇ ਹੀ ਲੱਗਣੇ ਨੇ। ਚਲੋ ਬਾਕੀ ਆਰਾਮ ਨਾਲ ਜਾਣਾ, ਇੰਜੋਏ ਕਰਦੇ ਹਾਂ। ਵੇਖੋ ਜੀ ਰੋਡ ਯਕਦਮ ਹੀ ਥੱਲੇ ਨੂੰ, ਇੱਥੇ ਪਤਾ ਨਹੀਂ ਕੋਈ ਪੁਲੀ ਬਣੀ ਸੀ, ਉਹ ਬਣੀ ਨਹੀਂ, ਅਤੇ ਐਂਜੀ ਰੋਡ ਪਿਆ ਤਾ ਫੇਰ ਤਾਂ ਸ਼ੁਰੂਆਤ ਇੱਥੋਂ ਹੋ ਗਈ ਹੈ। ਉਹ ਕਿੱਥੇ ਵੇ? ਅੱਗੇ ਹੀ ਹੈ ਤੇ ਮੈਨੂੰ ਕਬੂਤਰ ਦਓਗੇ? ਯਾਰ ਕੀ ਗੱਲ ਹੈ, ਅੱਛਾ ਮੁਸ਼ਕਿਲਾਂ ਭਰਿਆ। ਲਓ ਜੀ ਕਬੂਤਰ ਬਾ, ਸਾਨੂੰ ਇੱਥੇ ਹੀ ਲੱਭ ਗਏ ਨੇ ਬਾਈ, ਉਹ ਜਲਦੀ ਤੁਹਾਨੂੰ ਤੇ ਮੈਂ ਲਾਈ ਜਾਣਾ ਲੁੱਟ ਕੇ, ਉਹ ਲੁੱਟ ਕੇ ਆਉਣਾ ਭੈਣ ਕਿਡਨੈਪ ਕਰਕੇ ਦੌੜ ਤੇ ਬਾਬਾ ਜੀ ਸਾਈਕਲਾਂ ਦਾ ਹੀ। ਅਸਲਾਮ ਅਲੈਕੁਮ, ਇਹ ਘੋੜ ਬਜ਼ੁਰਗ ਸਾਨੂੰ ਲੱਭ ਗਏ ਨੇ ਸਾਈਕਲ ਚਲਾਉਂਦੇ, ਇਹਨਾਂ ਦੀ ਏਜ ਤੇ ਵਾਹਵਾ ਹੀ ਲੱਗਦੀ ਪਈ ਹੈ, ਖਿਲਾਰ ਕੇ ਪੁੱਛਦੇ ਆ ਕੀ ਏਜ ਭਲਾ ਜੇ ਖਲੋਤੇ ਨੇ, ਤੇ ਬਜ਼ੁਰਗ ਹੀ ਲੱਭਣਦੇ ਨੇ ਸਾਈਕਲ ਚਲਾਉਂਦੇ, ਜਵਾਨ ਤੇ ਕੋਈ ਲੱਭਦਾ ਨੀ, ਜਵਾਨ ਮੋਟਰਸਾਈਕਲ ਚਲਾਉਂਦੇ ਨੇ। ਇਹਨਾਂ ਦੋਵਾਂ ਨੂੰ ਮੈਂ ਇੱਥੇ ਹੀ ਲਾਤਾ ਜੇ ਖੋਤੇ ਦੇ ਮਗਰ ਚੜ ਕੇ। ਉਹ ਤੁਹਾਡਾ ਕਿਹੜਾ ਪਿੰਡ ਸੀ ਯਾਰ? ਮੈਂ ਤੁਹਾਨੂੰ ਕਿਡਨੈਪ ਕਰਨਾ ਸੀ। ਬਜ਼ੁਰਗੋ ਕੀ ਹਾਲ ਏ, ਕਿਹੜੇ ਪਿੰਡ ਦੇ ਹੋ? ਫਰੂਕਪੁਰ ਦੇ, ਤੇ ਕਿੰਨੀ ਉਮਰ ਹੋ ਗਈ ਜੇ? 80 ਸਾਲ। ਵਾਹ ਜੀ ਵਾਹ, ਮਾਸ਼ਾਅੱਲਾ ਜੀ, ਸਾਈਕਲ ਵੇਖ ਕੇ ਤੇ ਮਜ਼ਾ ਆ ਗਿਆ ਚਲਾਉਂਦੇ ਪਏ ਹੋ। ਕਿੰਨੇ ਕਿਲੋਮੀਟਰ ਇੱਥੋਂ ਭਲਾ?
ਸਾਈਕਲ ਤੇ ਨਾਲਵਾਲ ਤੁਰ ਜਾਂਦੇ ਹੋ? ਵਾਹ ਜੀ ਵਾਹ, ਕਿਆ ਬਾਤ ਹੈ ਬਈ ਜੱਟੋ ਜੀ, ਕਿਆ ਬਾਤ। ਖਿਲਾ ਰਿਹਾ ਨਹੀਂ, ਸਾਈਕਲ ਚੱਲਦੀ ਜੀ। ਮੈਂ ਪੁੱਛਿਆ ਕਹਿੰਦੇ ਨਾਰੋਵਾਲ ਦੀ ਸਾਈਕਲ ਜੇ ਤੁਰ ਜਾਂਦਾ ਮੈਂ। ਕਿੰਨੇ ਦਾ ਗਲਾਸ ਜੇ ਸੋਹਣੇ? 50 ਰੁਪਏ ਦਾ। ਕਾਹਦਾ ਪਾਣੀ ਆ? ਮੈਨੂੰ ਲੱਗਦੀ ਪਈ ਪਿਆਸ, ਮੈਂ ਚਲੋ ਪਾਣੀ ਪੀ ਲਈਏ। ਚਾਹੀਆ ਕਿੰਨੇ ਦਾ ਤਿਆਰੀ ਕਰਕੇ ਜਾਂਦੇ ਹੋ? ਟੋਟਲ ਖਰਚਾ ਕਿੰਨਾ ਕੁ ਆਈਆਂ ਤਿਆਰੀ ਦਾ? 2300 ਤੇ ਵਿਕ ਜਾਂਦਾ ਸਾਰਾ ਕਿ ਨਹੀਂ? ਦਿਹਾੜੀ ਮਤਲਬ ਲੱਗ ਜਾਂਦੀ ਹੈ। ਚਾਚੋੜੀ ਕਹਿੰਦੇ 2300 ਆਉਂਦਾ ਖਰਚਾ ਪੂਰਾ ਰੈਡੀ ਕਰਨ ਵਾਸਤੇ, ਤੇ ਬਾਕੀ ਜਿਹੜੇ 1000-1200 ਦੀ ਦਿਹਾੜੀ ਜਿਹੜਾ ਲੱਗ ਜਾਂਦੀ ਹੈ, ਮਤਲਬ ਮੁਨਾਫਾ ਹੋ ਜਾਂਦਾ। ਬਾਕੀ ਜਿਹੜਾ ਠੰਡਾ ਬੜਾ ਯਮ ਯਮ ਮਜ਼ਾ ਆ ਗਿਆ। ਅੱਜ ਕੱਲ੍ਹ ਤਾਂ ਚਲੋ ਜੀ ਇਹ ਕੈਮੀਕਲ ਵਾਲੇ ਵੀ ਨਿਕਲੇ ਨੇ, ਉਹ ਸਕਰੀਨ ਜੀ ਪਾਉਂਦੇ ਪੂੰਦੇ ਨੇ ਭਾਈ ਕਿਤੇ ਸਕਰੀਨ ਲੋਕੀ ਪਾਉਂਦੇ ਨੇ ਖਾ ਲੈ ਨਾ। ਰੋਡ ਤੇਰੀ ਹੈ, ਨਿਕਲ ਜਾ ਸਰੂਰ ਜੀ। ਇਹਨੇ ਇੱਥੇ ਬਾਜ਼ਾਰ ਰੁਕਿਆ ਜੇ ਦਹੀਂ ਭੱਲੇ ਖਾਣ ਵਾਸਤੇ, ਭੁੱਖ ਜਿਹੀ ਲੱਗਣ ਡਈ ਸੀ ਤੇ ਮੈਂ ਚਲੋ ਕੁਛ ਖਾ ਕੇ ਜਾਂਦੇ ਹਾਂ। ਹੁਣ ਘੱਟਾ ਤੇ ਬੜਾ ਖਾ ਲਿਆ, ਹੁਣ ਕੁਛ ਮਜ਼ੇਦਾਰ ਚੀਜ਼ ਖਾ ਲਈ। ਆ ਗਈ ਮਜ਼ੇਦਾਰ ਜੇ ਦਹੀਂ ਭੱਲੇ। ਹੋਏ 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 ਹੋਏ, ਵਾਹ ਜੀ ਵਾਹ, ਦਹੀਂ ਭੱਲੇ ਕਿਹਦੇ ਕਿਹਦੇ ਫੇਵਰੇਟ ਨੇ ਕਮੈਂਟ ਵਿੱਚ ਜ਼ਰੂਰ ਦੱਸਿਓ। ਹਾਏ ਹਾਏ ਯਮ ਯਮ ਯਮ। ਦੁਰਗੋ ਕਿਹੜੇ ਪਿੰਡ ਦੇ ਹੋ? ਹਾਂਜੀ ਅੱਲਰ। ਕਿੰਨੇ ਕਿਲੋਮੀਟਰ ਇੱਥੋਂ? ਚਵਿੰਡੇ ਤੋਂ ਅੱਗੇ 4 ਕਿਲੋਮੀਟਰ। ਠੀਕ ਆ। ਕਿੰਨੀ ਉਮਰ ਹੋ ਗਈ ਜੀ ਆਪਣੀ ਪਹਿਲਾਂ? ਹਾਂਜੀ 44 ਪਾਕਿਸਤਾਨ ਬਣਨ ਤੋਂ ਪਹਿਲਾਂ। ਇਹ ਬਜ਼ੁਰਗ ਮੈਨੂੰ ਮਿਲਿਆ ਪਸਰੋੜ, ਇਹਨਾਂ ਦਾ ਪਿੰਡ ਚਵਿੰਡੇ ਦੇ ਨਾਲ ਅੱਲਰ, 4 ਕਿਲੋਮੀਟਰ ਦੂਰ ਹੈ। ਇਹਨਾਂ ਨੂੰ ਫਿਰ ਰਸਤੇ 'ਚ ਜਿਹੜਾ ਡਰਾਪ ਕਰ ਜਾਂਦੇ ਜਾਂਦੇ ਆ। ਕੋਈ ਵੀ ਆ ਜਾਂ ਰਸਤੇ 'ਚ ਕੋਈ ਬਜ਼ੁਰਗ ਜਾਂ ਕੋਈ ਬੱਚਾ ਬੁੱਚਾ ਹੋਏ, ਮਤਲਬ ਰਸਤੇ 'ਚ ਕੋਈ ਲਿਫਟ ਲੈਣ ਵਾਲਾ ਲਿਫਟ ਦੇ ਹਰਿਆ ਕਰੋ। ਹਾਲਾਤ ਪਤਾ ਅੱਜ ਕੱਲ੍ਹ ਮਾਰੇ ਨੇ ਜਵਾਨ ਨੂੰ ਨਾ ਦਿਆ ਕਰੋ ਲਿਫਟ, ਕਿ ਪਤਾ ਲੁੱਟ ਕਿਨਾ ਲਾਈਏ। ਅਤੇ ਬਜ਼ੁਰਗ ਵੇਖਦਾ ਕਰੋ, ਬਜ਼ੁਰਗ ਬੰਦਾ ਕੋਈ ਜਾਂ ਕੋਈ ਬੱਚਾ ਵਗੈਰਾ।
ਓਕੇ ਬਜ਼ੁਰਗੋ, ਅੱਲਾ ਹਾਫਿਜ਼ ਬਜ਼ੁਰਗਾਂ ਨੂੰ ਜੀ, ਹੈ ਨਾ ਇੱਥੇ ਚਮਿੰਡੇ ਲਾ ਰਿਹਾ ਜੀ। ਮੈਂ ਜੀ ਰਸਤੇ 'ਚ ਹੱਥ ਮੂੰਹ ਧੋਣ ਵਾਸਤੇ ਖਲੋਤਾ ਹਾਂ, ਉੱਥੇ ਰਸ਼ ਲੱਗਾ ਵਾ ਵੇਖਿਆ, ਅਤੇ ਮੈਂ ਪੈਲੀਆਂ ਦੇ ਵਿੱਚੋਂ ਦੀ ਖੇਤਾਂ ਦੇ ਵਿੱਚੋਂ ਦੀ ਜੇ ਹੈ ਨਾ ਆਉਣ ਨੂੰ ਆ ਗਿਆ। ਮੈਂ ਕਿਹਾ ਪਤਾ ਨਹੀਂ ਹੋ ਰਹੀ ਕੀ ਉੱਥੇ ਇੰਨੀ ਦੁਨੀਆ ਇਕੱਠੀ ਹੋਈ ਹੈ, ਹੋਲੇ ਕੋਈ ਮੇਲਾ ਅਤੇ ਇੱਕ ਵੱਡੀ ਕਬੂਡੀ ਹੋਣ ਡਈ ਹੋਲੇ, ਪਰ ਮੈਨੂੰ ਇਹ ਪਤਾ ਨਹੀਂ ਕੀ ਮਸਲਾ ਬਣਿਆ, ਕੋਈ ਲੜਾਈ ਲੜੂਈ ਲੱਗੀ ਹੋਲੇ, ਅਤੇ ਇੱਥੇ ਹੋਰ ਇੱਕ ਵੱਡੀ ਹੋਣ ਡੀ ਆ ਵੇਖਦੇ ਹਾਂ। ਇੱਥੇ ਵੇਖੋ ਕਿੰਨੀਆਂ ਮੋਟਰਸਾਈਕਲਾਂ, ਕਿੰਨੇ ਹੀ ਲੋਕ ਇਕੱਠੇ ਹੋ ਗਏ, ਵਿਹਲੀ ਆਵਾਮ ਹੈ ਸਾਡੇ ਮੁਲਕ ਦੀ, ਇਹੋ ਜਿਹਾ ਕੰਮ ਲੱਭਦੀ ਰਹਿੰਦੀ ਹੈ, ਉਹ ਲੱਭ ਜਾਂਦੇ ਨੇ ਇਹਨਾਂ ਨੂੰ, ਕਿਉਂ ਵੇਖਣ ਆ ਜਾਂਦੀ ਹੈ ਵੇਖੋ, ਕੰਧਾਂ ਦੇ ਟਰਾਲੀਆਂ ਦੇ ਹਰ ਥਾਂ ਹੀ। ਰਸਤੇ ਜਾਂਦੇ ਪਿੰਡ ਵੱਛੋ ਗਈ, ਉੱਥੇ ਕੌੜੀ ਹੋਦੀ, ਮੈਂ ਜਦੋਂ ਧੰਨਵਾਦ ਦਿੰਦੇ ਚੱਲ ਜਾਂਦੇ ਹਾਂ, ਘਰ ਵੀ ਜਾ ਕੇ ਬਹਿਣੀ, ਮੈਂ ਕੌੜੀ ਵੇਖ ਕੇ ਜਾਂਦੇ। ਹਾਂ ਜੀ ਭਲਾ ਵੇਖੋ, ਇਹ ਤਾਂ ਹੈ ਕਬੱਡੀ ਖੇਡਣ ਵਾਲੀ, ਵੇਖੋ ਹਾਂ ਐਡਾ ਮੋਟਾ ਬੰਦਾ, ਇੰਨੀ ਉਮਰ ਉਹ ਢੇੜੀ ਮਾਰੀ। ਵਾਮ ਤੋਂ ਚੜ ਗਏ ਅੱਜ ਕਬੱਡਰ, ਵਾਮ ਹੀ ਬੇਬਾ ਹੈ ਇੱਥੇ, ਸਮਝ ਨਹੀਂ ਲੱਗਦੀ ਕਬੱਡਰ ਕਿਹੜਾ ਵਾਮ ਕਿਹੜੀ ਹੈ। ਪਿੰਡ ਵਾੜ ਤੋਂ ਇਸ ਨਾਲ ਕੀ ਹੋ ਗਿਆ, ਲਓ ਜੀ ਬਾਈ ਮੈਂ ਵੀ ਆ ਗਿਆ ਮੈਦਾਨ 'ਚ, ਮੈਂ ਨੇੜੇ ਜਾ ਕੇ ਵਹਾਨੇ ਹੁਣ ਤੁਹਾਨੂੰ। ਇੱਥੇ ਵੇਖੋ ਜੀ, ਨਾ ਪਤਾ ਚੱਲਦਾ ਦੂਸਰੀ ਟੀਮ ਕਿਹੜੀ ਹੈ, ਨਾ ਪਤਾ ਚੱਲਦਾ ਪਹਿਲੀ ਟੀਮ ਕਿਹੜੀ ਹੈ, ਸਾਰੀ ਮਿਕਸ ਹੋਏ ਪਏ ਨੇ। ਆਲੇ ਰਸੂਲ ਨਾਲ ਮਾਸ਼ਾਅੱਲਾ, ਚੱਲ ਬਈ ਇਹਨੇ ਬੈਤ ਨਾਲ ਪਿਆਰ ਕਰਨ ਵਾਲਿਆਂ ਦਾ ਕਦੀ
ਤੂੰ ਕਦੀ ਘਾਟਾ ਨਹੀਂ ਹੋ ਸਕਦਾ। ਇਸ ਘਰਾਣੇ ਨਾਲ ਮੁਹੱਬਤ ਕਰਨ ਵਾਲਿਆਂ ਨੂੰ ਕਦੀ ਘਾਟਾ ਨਹੀਂ ਹੋ ਸਕਦਾ। ਚੱਲ ਬਈ ਕਲਾਮ ਪਾਸ ਪਲਵਾਨਾ ਤੂੰ ਬਹਿ ਜਾ ਬਈ। ਤਾੜੀ ਮਾਰ ਦੇ ਤੇਰੀ ਆਵਾਜ਼ ਵਾਲੇ ਤਾੜੀ ਮਾਰ ਦੇ ਇਹਦੀਆਂ ਸੱਟਾਂ ਹੋ 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 ਤੈਨੂੰ ਜੋਸ਼ ਆ ਗਿਆ ਬੋਲੋ 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 ਸਗੀ ਲਾਲ ਕਲਰ ਦਾ ਇੱਕ ਇੱਕ ਬਰਡੇ ਨਾਲ ਜੱਫਾ ਹੁੰਦਾ ਦੂਜਾ ਵੇਰ ਜਾ ਕੇ ਐਵੇਂ ਪੰਗੇ ਲੈਣ ਲੱਗ ਪੈਂਦੇ ਨੇ। ਪੰਜਾਬ ਸ਼ੇਰੇ ਪੰਜਾਬ ਨਾ ਬਈ ਨਾ ਲਾਲਾ ਜੀ ਤੇਰੀ ਤਾੜੀ ਮਾਰ ਦੇ ਪੰਜਾਬ ਦੇ ਨਾਲ ਲਾਲਾ ਜੀ ਇਤਨਾ ਸਟੇਜ ਤੇ ਮਾਰ ਦੀ ਜਿਹੜੀ ਪਾ ਦੇ ਚੱਲ ਯਾਰ ਨਾ ਤੇ ਟ੍ਰੈਲ ਕਰੇ ਕੰਟੀ ਸ਼ਾਹ ਕੋ ਚੜੀ ਨਹੀਂ ਨਹੀਂ ਬਸ ਅਲਹਮਦੁਲਿਲਾ ਹੋਈ ਉਹਨੂੰ ਛੱਡ ਆਇਆ ਨਹੀਂ ਛੱਡ ਆਇਆ ਆਖਰੀ ਜੱਫਾ ਸੀ ਤੇ ਆਖਰੀ ਜੱਫੇ ਦਾ ਵਾ ਮਜ਼ਾ ਹੀ ਨਹੀਂ ਲੈਣ ਦੇਣ ਦੀ ਉਹ ਸਾਰੇ ਚੜ੍ਹ ਕੇ ਦੌੜ ਕੇ ਉੱਤੇ ਲੜਨ ਦੇ ਨੇ ਤੇ ਵਾਮ ਚੜ੍ਹ ਗਈ ਬਈ ਹਲਾ ਹਲਾ ਇਹ ਤਾਂ ਦੂਰ ਉਣਿਆ ਪੰਜ ਜਫਾ ਲਾ ਲਿਆ ਅੱਜ ਉਹ ਦੋ ਮੁੰਡਿਆਂ ਪੰਜ ਜਫਾ ਲਾ ਲਿਆ ਜਾਪੀ ਹੋਈ ਧਿਆਨ ਹੀ ਬਾਅਦ ਚ ਪਿਆ ਦੂਸਰੀਆਂ ਟੀਮਾਂ ਤੇ ਸਲਾਹ ਬਣਾ ਕੇ ਖੇਡਦੀਆਂ ਨੇ ਕਿ ਇੱਕ ਤੂੰ ਜਫਾ ਜੇਜੀ ਇੱਕ ਮੈਂ ਜੇਜਾਂਗਾ ਪੈਸੇ ਇਕੱਠੇ ਕਰਦੇ ਨਾ ਤੇ ਦੂਜੇ ਜਵਾਨ ਮੁੰਡੇ ਆਪਾਂ ਜੇ ਸੱਚੀ ਮੁੱਚੀ ਲੜਨ ਲੱਗ ਪਏ ਆ ਜੋਸ਼ ਜਿਹਾਨਾ ਵਾਪਸੀ ਜਾਣ ਡਿਆ ਤੇ ਇੱਥੇ ਮੇਰੇ ਨੰਨੇ ਮੁੰਡੇ ਸਕਰਾਈਬਰ ਹੋਰ ਮਿਲ ਗਏ ਜੇ ਕੀ ਹਾਲ ਹੈ ਸੋਹਣੇ ਹੋ ਕਿੱਥੇ ਗਏ ਉਹ ਖਤਮ ਹੋ ਗਈ ਮੈਂ ਵੀ ਹੁਣ ਹੀ ਆਇਆ ਹਾਂ ਤੇ ਇੱਕ ਦੋ ਜੱਫਾ ਹੀ ਵੇਖਿਆ ਗਿਆ ਮਜ਼ਾ ਆਇਆ ਆਵਾਮ ਹੀ ਬੜੀ ਸੀ ਉੱਥੇ ਤੇ ਚਲੋ ਉੱਥੇ ਲੱਭ ਜੇ ਤੁਸੀਂ ਤੁਹਾਡੇ ਨਾਲ ਲੈ ਕੇ ਜੱਫਾ ਲਾ ਲੈਂਦੇ ਇੱਥੇ ਜਿਹਨ ਆਪਣੇ ਕਾਲੀ ਸਾਹਿਬ ਮਿਲ ਗਏ ਹਜੇ ਕਾਲੀ ਸਾਹਿਬ ਬੰਨ ਜਾਏ ਤੈਨੂੰ ਜਿਹਨਾਂ ਇੱਥੋਂ ਖਵਾਉਣਾ ਫਰੂਟ ਚਾਟ ਮੈਂ ਹਰ ਰਾਜ ਹੀ ਗਿਆ ਮੈਂ ਦਹੀਂ ਭੱਲੇ ਖਾ ਗਿਆ ਹਾਂ ਜੀ ਫਰੂਟ ਚਾਟ ਤੇ ਬਣਦੀ ਹੈ ਇਹ ਆਖ ਨੂੰ ਕੀ ਕੀਤਾ ਅੱਜ ਅੱਖ ਯਾਰ ਪਤਾ ਨਹੀਂ ਲੱਗਾ ਰਾਤੀ ਸੁੱਤਾ ਹੋਇਆ ਸਵੇਰੇ ਉੱਠਿਆਂ ਤੇ ਕਿਸੇ ਨੂੰ ਮਾਰਦਾ ਨਹੀਂ ਦਿੱਤੀ ਅੱਖ ਪਤਾ ਨਹੀਂ ਸੁੱਤਿਆਂ ਪਿਆ ਹੀ ਵੱਜ ਗਈ ਸੁੱਤਿਆਂ ਪਿਆ ਵੱਜ ਗਈ ਅੱਖ ਛੇਕ ਆ ਗਿਆ ਜੀ
ਮੈਂ ਜਿਹਾ ਦਹੀਂ ਭੱਲੇ ਖਾ ਕੇ ਆਇਆ, ਫਿਰ ਮੈਂ ਕਿਹਾ ਸ਼ੇਕ ਪੀ ਲੈਂਦੇ ਹਾਂ, ਫਰੂਟ ਚਾਟ ਰਹਿਣ ਦੇਣੇ। ਬਿਸਮਿਲਲਾਹ ਰਹਿਮਾਨ ਰਹੀਮ। ਘਰ ਜਾਣਾ ਪਹੁੰਚਿਆ ਤੇ ਅੰਮੀ ਡਿਨਰ ਕਰਨ ਦੇ। ਅਸਲਾਮ ਅਲੈਕੁਮ ਅੰਮੀ ਜੀ। ਬਿਸਮਿਲਲਾ, ਮੇਰਾ ਤੋਤਾ ਆ ਗਿਆ, ਮੱਖਣ ਦਾ ਪੇੜਾ ਆ ਗਿਆ, ਤੋਤਾ ਮਨਮੋਤ ਆ ਗਿਆ, ਨੀ ਸੋਹਣਾ ਬਿੱਠਾ ਬਾਬਾ ਆ ਗਿਆ। ਚੁੰਮੀ ਵੀ ਲੈ ਲਈਏ, ਚੁੰਮੀ ਵੀ ਲੈ ਲਈਏ ਬਾਈ। ਚੁੰਮੀ ਲੋ ਕਿਹਾ ਹੀ ਨਹੀਂ ਇਹਨੇ ਕਿ ਚੁੰਮੀ ਵੀ ਲਿਓ। ਮੈਂ ਕਹਿੰਦਾ ਤੇ ਫੇਰ ਹੀ ਲੈਣੀ ਸੀ। ਅਸੀਂ ਆਪਕੀ ਡਿਮਾਂਡ ਸੇ ਚੁੰਮੀ ਲੈ ਲਈ ਹਾਂ। ਵਾਹ ਵਾਹ ਵਾਹ, ਨੀ 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 ਨੀ, ਵਾਹ ਵਾਹ ਵਾਹ, ਯਮ ਯਮ ਹੋ ਗਿਆ। ਮਾਮੂ ਆ ਗਏ ਨਹੀਂ? ਉਦਾਂ ਹੀ ਆ, ਆ ਗਏ ਹੋ? ਕਿੱਥੇ ਆ ਗਿਆ? ਵਾਹ, ਟਕਾਰ ਮਾਰੀ ਜਾਣ ਡਿਆ ਜਵਾਨ। ਕਿਹੜੀ ਬਾਬਾ ਹੋਣੀ ਆ ਤੇਰੀ? ਡੈਡੀ ਹੋਣੀ ਆ। ਕੀ? ਤੇਰੇ ਪਾਪਾ। ਅੱਛਾ ਜੀ, ਉਹ ਕੀ ਹੁੰਦੀ ਹੈ? ਇਹਨਾਂ ਦੀ ਹੋਣੀ ਆ ਸਵੇਰੇ, ਇਹਨਾਂ ਹੁਣ ਜਾਣਾ ਹੈ ਆਪਣੇ ਪਿੰਡ। ਸਵੇਰੇ ਬਾਬਾ ਤੁਰ ਜਾਣਾ ਆਪਣੇ ਪਿੰਡ? ਹੈਂ? ਓਏ ਓਏ, ਵਾਹ ਵਾਹ, ਚਲੋ ਜਾਓ ਜਾਓ। ਅੱਜ ਤਾਂ ਜਾਣਾ ਅਹਿਮਦ ਦੇ ਭਾਈ, ਮੂੰਹ ਵੇਖੋ ਬਦਲ ਗਿਆ, ਜਾਂ ਸੋਚ ਸੋਚ ਲੱਥ ਗਈ, ਹੁਣ ਬੜਾ ਖੁਸ਼ ਹੈ। ਮਜ਼ਾ ਆਇਆ ਜੀ ਲੜੀਆਂ ਹਨ? ਹੈਂ? ਕੀ ਹੋ ਤੂੰ ਦਾ ਹੀ? ਯਮ ਯਮ ਹੁੰਦਾ ਹੀ ਉਹਦਾ ਟੀੜੀ ਬਾਬਾ ਹੋਈ। ਉਹ ਜੇ ਜਵਾਨ ਇੱਕ ਖਾਣ ਡਿਆ, ਆ ਜੇ ਚੌਲ ਉੱਠ ਕੇ ਮਿਲਿਆ ਵੀ ਨੀ ਭਾਅ ਜੀ। ਤੂੰ ਛੇੜੀ ਨਾ ਹਾਂ। ਅੱਬੂ ਜੀ ਹੁਣ ਵੀ ਮਿਲ ਲਈ ਭਾਈ। ਸਲਾਮ ਅਲੈਕੁਮ, ਕੀ ਹਾਲ ਹੈ ਜੀ? ਠੀਕ ਹੈ। ਫਿੱਡ ਫਾੜ, ਤੂੰ ਸੁਣਾ? ਮੈਂ ਫਿੱਡ ਫਾੜ। ਚਾਚੂ ਹੋਰੀ ਕਿੱਥੇ ਜੀ? ਸੋਚ ਲੈ ਫਿੱਡ ਫਾੜ ਦਾ ਚਾਚੂ ਹੋਰੀ ਵੀ ਆਉਗਾ। ਚੌਲੀ ਸਾਹਿਬ, ਸੋਚ ਤੇ ਲੱਥੋ, ਜੇ ਮਿਲਣਾ ਹੀ ਸਲਾਮ ਹੀ ਨੀ ਲੈਣੀ। ਇਹ ਕੀ ਹੈ, ਇਹ ਮੱਖੀਆਂ ਨੂੰ ਮੋੜ ਦਿੰਦੇ ਹੋ? ਜਦੋਂ ਮੱਖੀਆਂ ਚੰਬਰ ਦੀ ਹੁਣ ਇੰਜ ਮੋੜਦੇ ਹੋ? ਇੰਜ ਮੋੜਦਾ ਤਾਂ ਬਹੁਤ। ਓਏ ਓਏ, ਮੂੰਹ ਦਿਵਾਓ ਮੂੰਹ ਦਿਵਾਓ, ਲੈ ਸੋਚ ਲੱਥ ਗਈ ਏ। ਓ ਇੱਥੇ ਮੈਂ ਜੇ ਨੰਗਣ ਨਹੀਂ ਦੇਣਾ। ਸਲਾਮ ਲਓਗੇ ਤਾਂ ਨੰਗਣ ਦੇਣਾ ਅੱਜ। ਅੱਜ ਸਲਾਮ ਲਓਗੇ ਤਾਂ ਨੰਗਣ ਦੇਣਾ, ਮੈਂ ਅੱਜ ਨੰਗਣ ਨਹੀਂ ਦੇਣਾ, ਅੱਜ ਇੱਥੇ ਨੰਗਣ ਨਹੀਂ ਦੇਣਾ ਮੈਂ ਅੱਜ। ਆ ਵੇਖੋ ਜੀ, ਇਹੋ ਜਿਹੇ ਚਾਚੂ ਹੁੰਦੇ ਨੇ, ਮਿਲਦੇ ਵੀ ਨਹੀਂ। ਵੇਖੋ ਲੋਕਾਂ ਨੂੰ ਚਾਚੂ ਇੰਨੇ ਇੰਨੇ ਜਿਹੜਾ ਲਾਡ ਕਰਦੇ ਨੇ। ਵੇਖੋ ਸਾਡੇ ਚਾਚੂ, ਵੇਖੋ ਇਹ, ਵੇਖੋ ਜੀ ਚਾਚੂ ਹੋਣੀ, ਵੇਖੋ ਜੀ। ਅੱਜ ਮੈਂ ਨਹੀਂ ਜੇ ਪੜਾਉਣਾ, ਅੱਜ ਮੈਂ ਨਹੀਂ ਜੇ, ਮੈਂ ਫਿਰ ਛੇੜ ਦੇਣੀ ਅੱਜ। ਉਦੋਂ ਵੀ ਚੰਡਾ ਮਾਰੀਆਂ ਹਨ, ਮੂੜੀਆਂ ਲੜ ਗਈਆਂ ਹਨ। ਤੁਸੀਂ ਜਾਓ ਭਾਅ ਜੀ, ਜਾਓ ਨਾ ਮਿਲੋ। ਚਲੋ ਜੀ ਬਾਈ, ਚਾਚੂ ਹੋਣੀ ਦੇ ਮਿਲੇ ਕੋਈ ਨਹੀਂ, ਅਤੇ ਮਾਰਨ ਲੱਗ ਪਏ ਨੇ ਅੱਗੋਂ। ਬਸ ਗੁੱਸਾ ਹੈ ਉੱਦਾਂ ਦਾ, ਜਿੱਦਾਂ ਦੀਆਂ ਤਬੂੜੀਆਂ ਲੜੀਆਂ ਹਨ, ਸ਼ਹਿਰ ਦੀਆਂ ਮੱਖੀਆਂ ਮੋਟੀਆਂ ਮੋਟੀਆਂ, ਉੱਦਾਂ ਦੇ ਬੋਲਦੇ ਨਹੀਂ ਪਏ। ਮੈਨੂੰ ਲੱਗਦਾ ਜ਼ੁਬਾਨ 'ਤੇ ਵੀ ਲੜ ਗਈ ਹੈ ਕੋਈ, ਅਤੇ ਕਿਤੇ ਗੂੰਗੇ ਤਾਂ ਨਹੀਂ ਹੋ ਗਏ? ਡਾਕਟਰ ਨੂੰ ਚੈੱਕ ਕਰਾਉਣਾ ਪੈਣਾ, ਅਤੇ ਹੁਣ ਡਾਕਟਰ ਨੂੰ ਕਿਸੇ ਦਿਨ ਜੇ ਨਾ ਲੈ ਕੇ ਜਾਂਦੇ ਸੁਬਾਹ ਹੀ, ਕਿ ਚਾਚੂ ਹੋਰੀ ਗੂੰਗੇ ਤਾਂ ਨਹੀਂ ਹੋ ਗਏ, ਬੋਲਦੇ ਨਹੀਂ, ਪਤਾ ਨਹੀਂ ਘੱਟ ਵੱਧ ਬੋਲਦੇ ਨੇ। ਬਾਕੀ ਫਿਲਹਾਲ ਫਿਰ ਮੈਂ ਆਰਾਮ ਕਰਨਾ, ਮੂੰਹ 'ਚ ਵਾਰ ਧੋਨਾ, ਫਰੈਸ਼ ਹੁੰਦਾ, ਅਤੇ ਮਿਲਾਂਗੇ ਫਿਰ ਇੰਸ਼ਾਅੱਲਾ ਨੈਕਸਟ ਵਲੋਗ 'ਚ। ਅੱਜ ਦਾ ਵਲੋਗ ਕਹਿੰਦੇ ਲੱਗਾ, ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕੀਤੇ, ਕਮੈਂਟ ਕਰਕੇ ਜ਼ਰੂਰ ਦੱਸਿਓ। ਮੈਨੂੰ ਦੋ ਫਿਰ ਇਜਾਜ਼ਤ, ਫਕੀਰਾਂ ਨਾਲ ਸਦਾ ਕਰ ਚਲੇ, ਮੀਆਂ ਖੁਸ਼ ਰਹੋ, ਹਮ ਦੁਆ ਕਰ ਚਲੇ। ਅੱਲਾ ਹਾਫਿਜ਼, ਬਾਏ ਬਾਏ, ਟਾਏ ਟਾਏ।